ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਸੰਧੂ ਕਲੋਨੀ ਦੇ ਕੁੰਡਿਆਂ ਵਾਲੇ ਖੂਹ ਦੇ ਕੋਲ ਇੱਕ ਘਰ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਤੇ ਇੱਟਾਂ ਰੋੜੇ ਅਤੇ ਬੋਤਲਾਂ ਚਲਾ ਕੇ ਕੀਤਾ ਗਿਆ ਹਮਲਾ। ਉੱਥੇ ਹੀ ਘਰ ਦੇ ਮੈਂਬਰਾਂ ਨੇ ਘਰ ਦੇ ਅੰਦਰ ਵੜ ਕੇ ਬਚਾਈ ਆਪਣੀ ਜਾਨ, ਪਰਿਵਾਰਿਕ ਮੈਂਬਰ। ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਪੁਲਿਸ ਅਧਿਕਾਰੀ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਤੋਂ ਇੱਕ ਸਾਲ ਪਹਿਲਾਂ ਵੀ ਸਾਡੇ ਲੜਕੇ ਕੋਲੋਂ ਫਰੌਤੀ ਮੰਗੀ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦੇ ਖਿਲਾਫ ਪਹਿਲਾਂ ਵੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ, ਜਿਸ ਦੇ ਚੱਲਦਿਆਂ ਸਾਡੇ ਨਾਲ ਪੁਰਾਣੀ ਰੰਜਿਸ਼ ਰੱਖਦੇ ਸਨ ਤੇ ਅੱਜ ਉਹਨਾਂ ਵੱਲੋਂ ਸਾਡੀ ਗਲੀ ਵਿੱਚ ਆ ਕੇ ਸਾਡੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਤੇ ਰੋੜੇ ਤੇ ਬੋਤਲਾਂ ਚਾ ਕੇ ਫਰਾਰ ਹੋ ਗਏ। ਅਸੀਂ ਆਪਣੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 20 ਤੋਂ 25 ਦੇ ਕਰੀਬ ਨੌਜਵਾਨਾਂ ਵੱਲੋਂ ਇਹ ਹਮਲਾ ਕੀਤਾ ਗਿਆ। ਗਲੀ ਮੁਹੱਲੇ ਵਾਲੇ ਸਾਰੇ ਗਵਾਹ ਨੇ, ਜਿਨ੍ਹਾਂ ਦੇ ਸਾਹਮਣੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਨੇ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਾਰਾ ਮਾਮਲਾ ਕੀ ਹੈ, ਆਓ ਸੁਣਦੇ ਹਾਂ ਪੂਰੀ ਖਬਰ। ਮੇਰਾ ਨਾਮ ਸੁਖਪ੍ਰੀਤ ਕੌਰ, ਇਹ ਸੰਧੂ ਕਲੋਨੀ ਕੁੰਡਿਆਂ ਵਾਲਾ ਖੂਹ। ਸਰ, ਇੱਥੇ ਨਾ ਅਸੀਂ ਇੱਥੇ ਖੜੇ ਸੀ, ਕੰਮ ਕਰਦੇ ਪਏ ਘਰ। 25-30 ਜਾਣੇ ਮੁੰਡੇ ਆਏ, ਉਹਨਾਂ ਦੇ ਹੱਥ 'ਚ ਦਾਤਰਾਂ, ਬੋਤਲਾਂ, ਰੋੜੇ ਇੱਦਾਂ ਮਾਰ ਕੇ ਗਏ, ਫਿਰ ਗੋਲੀਆਂ ਵੀ ਚਲਾ ਕੇ ਗਏ, ਗੰਦੀਆਂ ਮੰਦੀਆਂ ਗਾਲਾਂ ਵੀ ਕੱਢ ਕੇ ਗਏ ਤੀਆਂ ਭੈਣਾਂ ਦੀਆਂ। ਕਹਿੰਦੇ ਅਸੀਂ ਤੁਹਾਨੂੰ ਅੱਗੇ ਤੁਹਾਨੂੰ ਅਸੀਂ ਬਖਸ਼ਤਾ ਹੀ, ਹੁਣ ਤੁਹਾਨੂੰ ਬਖਸ਼ਣਾ ਨਹੀਂ। ਕਾਰਨ ਮੇਰੇ ਦੇਰ ਦੇ ਪਿੱਛੇ ਪਏ, ਕਹਿੰਦੇ ਅਸੀਂ ਅੰਕੁਸ਼ ਨੂੰ ਮਾਰ ਹੀ ਦੇਣਾ ਵਾ। ਲੜਾਈ ਇਹਨਾਂ ਦੀ, ਇਹਨੂੰ ਬਖਸ਼ਦੇ ਨੀ, ਮਤਲਬ ਬਲੈਕਮੇਲ ਹੀ ਕਰਦੇ। ਕਹਿੰਦੇ ਸਾਨੂੰ ਤੰਗ ਕਰਦੇ ਆ, ਕਦੇ ਕਹਿੰਦੇ 4 ਲੱਖ ਦੋ, ਕਦੇ ਕਹਿੰਦੇ 50,000 ਰੁਪਇਆ ਦੋ। ਛਡਾਇਆ ਜਾ ਕੇ ਤੇ ਫਿਰ ਅਸੀਂ ਪੁਲਿਸ ਅਫਸਰਾਂ ਕੋਲ ਜਾ ਕੇ ਆਪਣਾ ਪਰਚਾ ਦਰਜ ਕਰਵਾਇਆ ਤੇ ਉਸ ਤੋਂ ਬਾਅਦ ਕਹਿੰਦੇ ਹੁਣ ਤੁਸੀਂ ਸਾਡੇ ਤੇ ਪਰਚਾ ਦਰਜ ਕਰਵਾਇਆ, ਹੁਣ ਤੁਹਾਡਾ ਅਸੀਂ ਮੁੰਡਾ ਨੀ ਛੱਡਣਾ। ਉਹ ਇੱਕ ਸੂਰਜ ਸ਼ਹਿਰੀ ਹੈਗਾ, ਇੱਕ ਅੰਮ੍ਰਿਤਪਾਲ ਬਿੱਟਾ, ਕਿਰਤ ਵਾ, ਦੀਪੂ ਚੋਰ ਵਾ, ਹੋਰ ਅਣਪਛਾਤੇ ਹੋਰ ਬਹੁਤ ਬੰਦੇ ਆ। ਰੋਹਨ ਉਮੀਰ ਸ਼ਾਹ ਲਾਗੇ ਸੁੱਖੇ ਦੀ ਵੇਲੇ, ਅਸੀਂ ਮੰਗ ਚਾਹੁੰਦੇ ਕਿ ਉਹਨਾਂ ਤੇ ਪਰਚਾ ਦਰਜ ਹੋਵੇ, ਸਾਡੇ ਬੱਚੇ ਨੂੰ ਇਨਸਾਫ ਦੇਵੇ। ਸਾਡਾ ਬੱਚਾ ਘਰੋਂ ਬਾਹਰ ਨਹੀਂ ਨਿਕਲਦਾ, ਨਾ ਸਾਡੀਆਂ ਦੁਕਾਨਾਂ ਚੱਲਣ ਦੀਆਂ, ਸਾਡੇ ਬੱਚੇ ਮਜ਼ਦੂਰੀ ਮਿਹਨਤ ਕਰਨ ਵਾਲੇ ਬੱਚੇ, ਪੜ੍ਹਨ ਲਿਖਣ ਵਾਲੇ, ਬਖਸ਼ਦੇ ਨਹੀਂ ਹੈ ਕਿ ਸਾਨੂੰ, ਮੇਰਾ ਵੀ ਛੋਟਾ ਜਿਹਾ ਬੱਚਾ, ਸਾਨੂੰ ਵੀ ਨਹੀਂ ਟਿਕਣ ਦਿੰਦੇ ਹੈਗੇ। ਸਾਡੀਆਂ ਜਨਾਨੀਆਂ ਨੂੰ ਵੀ ਕਹਿੰਦੇ ਤੁਸੀਂ, ਤੁਹਾਨੂੰ ਵੀ ਪਤਾ ਦੱਸਣਾ ਚੰਗੀ ਤਰ੍ਹਾਂ। ਮੇਰਾ ਇਹਨਾਂ ਦਾ ਬਾਬਾ ਦੇਰ ਤੋਂ, ਮਤਲਬ ਇਹ ਕਦੀ ਫਰੋਤੀ ਮੰਗਦੇ ਜੇ, ਕਹਿੰਦੇ ਕਿ ਤੈਨੂੰ ਮਾਰ ਦੇਣਾ ਵਾ। ਹਾਂਜੀ, ਇਹਨਾਂ ਨਾਲ ਸਾਡੀ ਪਹਿਲੇ ਵੀ ਸਾਲ ਪਹਿਲਾਂ ਵੀ ਗੱਲ ਗੁੱਲ ਹੋਈ ਸੀ, ਠੀਕ ਜੇ, ਇਹਨਾਂ ਦੇ ਆਪਾਂ ਪਹਿਲਾਂ ਵੀ ਪਰਚਾ ਦਰਜ ਕਰਾਇਆ ਸੀ, ਕਹਿੰਦੇ ਜੇ ਤੁਸੀਂ ਪਰਚਾ ਨੂੰ ਕਰਾਤਾ ਹੁਣ ਆਪਾਂ ਤੈਨੂੰ ਨਹੀਂ ਛੱਡਣਾ। ਹਾਂਜੀ ਹਾਂਜੀ, ਮਤਲਬ ਸਾਲ ਪਹਿਲਾਂ ਲੜਾਈ ਹੋਈ ਸੀ, ਇਹ ਮੈਨੂੰ ਚੁੱਕ ਕੇ ਵੀ ਲੈ ਗਏ ਸੀ, ਇਹਨਾਂ ਨੂੰ ਮੈਨੂੰ ਚੁੱਕ ਕੇ ਆਪਣੇ ਮਹੱਲੇ ਖੜ ਲਿਆ ਸੀ। ਹਾਂਜੀ, ਉਹ ਵੀ ਇਹਨਾਂ ਦੇ ਪਰਚਾ ਹੈਗਾ ਵਾ। ਮਤਲਬ ਇਹਨਾਂ ਨਾਲ ਸਾਡੀ ਪਹਿਲਾਂ ਲੜਾਈ ਚੱਲਦੀ ਸੀ ਸਾਡੇ ਨਾਲ ਪਹਿਲੀ ਇਹਨਾਂ ਦੀ। ਹਾਂਜੀ ਬਾਬਾ ਜੀ ਤੋਂ, ਮਤਲਬ ਸਾਲ ਪਹਿਲਾਂ ਤੋਂ ਲੜਾਈ ਚੱਲਦੀ ਸੀ। ਮੈਂ ਆਪਣੇ ਕੋਠੇ ਤੇ ਬੈਠਾ ਸੀ, ਘਰ ਬੈਠਾ ਸੀ ਤੇ ਇਹਨਾਂ ਨੇ ਆਂਦੇ ਗਲੀ ਚ ਗਾਲਾ ਗੁਲਾ ਕੱਢੇ, ਫਿਰ ਸਾਡੀ ਦੁਕਾਨ ਤੇ ਗਏ ਜੇ, ਠੀਕ ਹੈ, ਮੇਰੇ ਬ੍ਰਦਰ ਨੂੰ ਫੜਨ ਗਏ ਸੀ, ਕਹਿੰਦੇ ਕਿ ਆਪਾਂ ਉਹ ਵਿਚਾਰਾ ਭੱਜ ਗਿਆ ਸੀ ਤੇ ਇਹਨਾਂ ਨੇ ਬਾਅਦ ਚ ਦੁਕਾਨ ਬੰਦ ਕਰਤੀ, ਸਿੱਧਾ ਘਰੇ ਆ ਗਏ ਸੀ। ਫਿਰ ਬਾਅਦ ਚ ਹਾਂਜੀ ਗੋਲੀਆਂ ਚਲਾਈਆਂ ਜੇ, ਪੂਰਾ ਮਹੱਲਾ ਵੀ ਗਵਾਹ ਜੇ, ਸਾਰਿਆਂ ਨੂੰ ਪਤਾ ਜੇ, ਸੀਸੀਟੀਵੀ ਹੈਗੀ ਸੀ, ਪਰ ਉਹ ਬੰਦ ਜੇ। ਬ੍ਰਦਰ ਰਾਜਕੁਮਾਰ ਉਹਨਾਂ ਨੇ ਕੰਪਲੇਂਟ ਕੀਤੀ ਆ ਸਾਡੇ ਕੋਲੇ ਵੀ ਸਾਡੇ ਘਰ ਦੇ ਬਾਹਰ ਕੋਈ ਅਣਪਛਾਤੇ ਨੌਜਵਾਨ ਆਏ ਆ ਤੇ ਉਹਨਾਂ ਨੇ ਸਾਡੇ ਘਰ ਦੇ ਗੋਲੀਆਂ ਚਲਾਈਆਂ ਨੇ। ਹੁਣ ਇਹਨਾਂ ਦੀ ਕੰਪਲੇਂਟ ਲੈ ਲਈ ਆ ਵੈਰੀਫਾਈ ਕਰਕੇ
ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਕੇ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਰ ਕਿਸੇ ਨੂੰ ਗੋਲੀ ਲੱਗੀ ਜੀ? ਨਹੀਂ, ਇਹਨਾਂ ਦੇ ਮੁਤਾਬਕ ਤੇ ਨਹੀਂ ਲੱਗੀ ਜੀ, ਕੁੜੀ ਕਹਿੰਦੇ ਹਵਾਈ ਫੈਰੀ ਹੋਏ ਜੀ। ਪਰ ਉਹ ਕਹਿ ਰਹੇ ਕਿ ਜਿਹੜੇ ਝਗੜਾ ਕਰਨ ਵਾਸਤੇ ਉਹਨਾਂ ਦੇ ਕੋਈ ਗੋਲੀ ਗਾਲੀ? ਨਹੀਂ, ਸਾਨੂੰ ਹਲੇ ਕੋਈ ਅਫੀਸ਼ੀਅਲੀ ਤੌਰ ਤੇ ਕੋਈ ਸਾਨੂੰ ਹੈ ਨਹੀਂ ਆ, ਬਾਕੀ ਵੈਰੀਫਾਈ ਕਰਦੇ ਆ ਜਿਹੋ ਜਿਹੇ ਹਾਲਾਤ ਹੋਣਗੇ ਉਹੋ ਜਿਹੇ ਕਾਰਵਾਈ ਕੀਤੀ ਜਾਊਗੀ। ਬਿਲਕੁਲ ਮੁਕਦਮਾ ਦਰਜ ਕਰਾਂਗੇ ਜੀ, ਕਿਸੇ ਨੂੰ ਵੀ ਬਖਸ਼ਿਆ ਨਾ ਜਾਊਗਾ, ਜਿਹੜਾ ਵੀ ਲਾਇਨ ਆਰਡਰ ਖਰਾਬ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਨਹੀਂ, ਫਿਲਹਾਲ ਕੋਈ ਨਹੀਂ, ਹਲੇ ਪਹੁੰਚੇ ਹੀ ਆ ਜੀ, ਜਰਾ ਵੈਰੀਫਾਈ ਕਰ ਰਹੇ ਆ ਫਿਰ ਕਰਦੇ ਆ। ਕਿਸ ਇਲਾਕੇ ਦੇ ਸਾਰੇ ਵਾਰਦਾਤ ਹੋਈ ਤਾਂ? ਇਹ ਵਾਰਦਾਤ ਗਲੀ ਬਾਂਕੇ ਭੈਰੀ ਆ, ਸੰਧੂ ਕਲੋਨੀ ਕੁੰਡੇ ਵਾਲੇ ਖੂਹ ਦੇ ਨੇੜੇ ਵਾਰਦਾਤ ਹੋਈ ਹੈ ਜੀ। ਤੇ ਕਿੰਨੇ ਕੁ ਬੰਦੇ ਸੀ ਜਿਨ੍ਹਾਂ ਵੱਲੋਂ? ਇਹਨਾਂ ਵੱਲੋਂ ਦੱਸਣ ਮੁਤਾਬਕ 4-5 ਜਣੇ ਆ ਜੀ। ਚਲੋ 4-5 ਜਣੇ ਇਹਨਾਂ ਦੇ ਦੱਸਣ ਮੁਤਾਬਕ ਹੈ ਜੀ, ਫਿਰ ਜੋ ਵੀ ਅੱਗੇ ਤਫਤੀਸ਼ ਆਊਗਾ ਸਾਨੂੰ ਫਰਦਰ ਇਨਵੈਸਟੀਗੇਸ਼ਨ ਕਰਕੇ। ਬ੍ਰਦਰ ਤੁਹਾਨੂੰ ਪਤਾ, ਮੈਨੂੰ ਨਹੀਂ ਹਲੇ ਤੱਕ ਪਤਾ ਲੱਗਿਆ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।